ਇਥੇ ਇੱਕ ਧਰਮ ਦੀ ਗੱਲ ਨਹੀਂ ਨਾ ਸਿੱਖ ਧਰਮ ਦੀ ਨਾ Hindu ਧਰਮ ਦੀ ਨਾ ਕਿਸੇ ਅਸਾਈ ਧਰਮ ਦੀ ਜਾਂ ਇਸਲਾਮ ਦੀ ਉਹਨਾਂ ਸਾਰਿਆਂ ਚ ਬਹੁਤ ਵੱਡਾ ਗੁਣ ਸੀ ਕੋ ਨਿਮਾਣੇ ਉਹ ਸੇਵਾ ਕਰਦੇ ਸਨ ਇਥੇ ਇੱਕ ਧਰਮ ਦੀ ਗੱਲ ਨਹੀਂ ਜਿੰਨੇ ਵੀ ਧਰਮ ਦੇ ਮਹਾਪੁਰਸ਼ ਹੋਏ ਨੇ ਪ੍ਰਚਾਰਕ ਮੈਂ ਸਾਰ ਨੂੰ ਨਮਸਕਾਰ ਕਰਦਾ ਹਰ ਧਰਮ ਦੇ ਮਹਾਪੁਰਸ਼ਾਂ ਨੂੰ ਉਹਨਾਂ ਚ ਏ ਸੀ ਵੀ ਉਹਨਾਂ ਨੇ ਆਪਣਾ ਆਪਾ ਆਪਣੇ ਧਰਮ ਦੇ ਪ੍ਰਤੀ ਸਮਰਪਿਤ ਕੀਤਾ ਸੀ ਉਹਨਾਂ ਚ ਖੁਦ ਗਰਜੀ ਨਹੀਂ ਸੀ ਅੱਜ ਜਿਹੜਾ ਸਭ ਤੋਂ ਵੱਡਾ ਦੁੱਖਾਂ ਤੇ ਜੋ ਤੁਸੀਂ ਕਹੇ ਮੈਂ ਮਹਿਸੂਸ ਕਰ ਰਿਹਾ ਉਹ ਹੈ ਕਿ ਅਸੀਂ ਆਪਣੇ ਆਪ ਨੂੰ ਚਮਕਾਉਣਾ ਚਾਹੁੰਦੇ ਆ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਇੱਕ ਪੰਕਤੀ ਬਹੁਤ ਮੈਨੂੰ ਤੁੰਬਦੀ ਰਹਿੰਦੀ ਆ ਮੇਰੀ ਛੁਪੇ ਰਹਿਣ ਦੀ ਚਾਹ ਤੇ ਸ਼ੁਭਟੁਰ ਜਾਣ ਦੀ ਜਿੰਦਗੀ 'ਚ ਆਪਣੇ ਆਪ ਨੂੰ ਨਿਮਾਣਾ ਤੇ ਤੁਸ ਸਮਝ ਕੇ ਸੇਵਾ ਕਰਨੀ ਇਹ ਸਾਡਾ ਮੂਰ ਸੀ ਸਭ ਤੋਂ ਵੱਡੀ ਦੁਖਦਾਈ ਗੱਲ ਇਹ ਆ ਹਰ ਧਰਮ ਜਿਹੜਾ ਉਹ ਮਾਇਆ ਦੇ ਵਿਰੁੱਧ ਆ ਕੋਈ ਵੀ ਧਰਮ ਮਾਇਆ ਦੀ ਹਮਾਇਤ ਨਹੀਂ ਕਰਦਾ ਅੱਖਰਾਂ ਦਾ ਵਾਅਦਾ ਕਾਟਾ ਤਾਂ ਹੋ ਸਕਦਾ ਹੈ ਲੇਕਿਨ ਅੱਜ ਅਸੀਂ ਮਾਇਆ ਦੇ ਸ਼ਿਕਾਰ ਆ ਦਾਣਾ ਓਹਗਦਾ ਜਿਹੜਾ ਧਰਤੀ ਵਿੱਚ ਆਪਣੇ ਆਪ ਨੂੰ ਖਤਮ ਕਰਦੇ